ਇਹ ਗੁਰੂ ਨਾਨਕ ਦੇ ਘਰ ਦੀਆਂ ਸੇਵਾ ਬੜੀਆਂ ਮਹਾਨ ਗੁਰਬਾਣੀ ਚ ਦੱਸੀਆਂ ਨੇ। ਇਹ ਉਸ ਸਮੇਂ ਦੀਆਂ ਸੀ, ਪਾਣੀ ਬਾਹਰੋਂ ਆਉਂਦਾ ਸੀ, ਖੂਹਾਂ ਤੋਂ ਆਉਂਦਾ ਸੀ, ਪੌੜੀਆਂ ਤੋਂ, ਟੋਬਿਆਂ ਤੋਂ, ਦਰਿਆਵਾਂ ਤੋਂ ਪਾਣੀ ਢੋਣ ਵਾਲੇ ਮਹਾਂਪੁਰਖ ਬਣ ਗਏ। ਪੱਖਾ ਫੇਰਿਆ ਜਾਂਦਾ ਸੀ, ਚੱਕੀ ਪੀਸੀ ਜਾਂਦੀ ਸੀ, ਚੱਕੀ ਚੱਕੀਆਂ ਪੀਣੀਆਂ। ਨਿਹੰਗ ਸਿੰਘ ਤੈਨੂੰ ਹੋਰ ਕੁਝ ਕਹਿ ਦਿੰਦੇ ਆ, ਫਿਰਨੀ ਦੀ ਸਵਾਰੀ ਬੋਲਦੇ ਵਿੱਚ ਵੀ ਆਓ ਤੁਹਾਨੂੰ ਫਿਰਨੀ ਦੀ ਸਵਾਰੀ ਕਰਾਈਏ, ਤੇ ਲੋਕ ਸੋਚਦੇ ਵੀ ਸਾਇਦ ਸਾਨੂੰ ਝੂਟੇ ਝਾੜੇ ਦਵਾਉਣਗੇ ਕਿਤੇ, ਤੇ ਉਹ ਫਿਰ ਜਾ ਕੇ ਬਿਠਾ ਦਿੰਦੇ ਸੀ ਆ ਬੀਬੀ ਉਹ ਚੱਕੀ ਫੇਰੋ। ਅਲੱਗ ਅਲੱਗ ਬੋਲੇ ਰੱਖੇ ਸੀ ਨਿਹੰਗ ਸਿੰਘਾਂ ਨੇ। ਇੱਕ ਮਾਈ ਕਹਿੰਦੇ ਬੜੀ ਚੂਰੀ ਚਾਰੀ ਕੁੱਟ ਕੇ ਲੈ ਗਈ ਡੱਬਾ ਭਰ ਕੇ ਵੀ ਮੁਕਤਸਰ ਦਾ ਮੇਲਾ ਵੇਖਣ ਜਾਣਾ, ਉੱਥੇ ਜਿੱਥੇ ਲੋੜ ਪੈਗੀ ਕੱਢ ਕੇ ਖਾ ਲਾਂਗੇ। ਘਰ ਚ ਚੂਰੀ ਕੁੱਟੀ ਤੇ ਡੱਬੇ ਚ ਬੰਦ ਕਰ ਲਈ, ਮੇਲਾ ਵੇਖਦੀ ਰਹੀ। ਮੇਲਾ ਵੇਖਦਿਆਂ ਚੂਰੀ ਖਰਾਬ ਹੋ ਗਈ, ਬਦਬੋ ਮਾਰ ਗਈ, ਥੋੜੀ ਜਿਹੀ ਖਰਾਬ ਹੋ ਗਈ। ਲੰਗਰ ਚੋਂ ਆਵਾਜ਼ ਆ ਰਹੀ ਸੀ, ਮਿੱਠੇ ਪ੍ਰਸ਼ਾਦੇ, ਮਿੱਠੇ ਪ੍ਰਸ਼ਾਦੇ, ਮਿੱਠੇ। ਤੇ ਉਹ ਕਹਿੰਦੇ ਨੇ ਬੇਹਾਂ ਪ੍ਰਸ਼ਾਦਿਆਂ ਨੂੰ ਮਿੱਠੇ, ਬੇਹੀਆਂ ਰੋਟੀਆਂ। ਮਾਈ ਨੇ ਚੂਰੀ ਜੀ ਦਾ ਡੋਲਿਆ ਡੱਬਾ ਵੀ ਇਹ ਤਾਂ ਥੋੜੀ ਜਿਹੀ ਖੱਟੀ ਹੋ ਗਈ, ਹੁਣ ਆਪਾਂ ਮਿੱਠੀਆਂ ਰੋਟੀਆਂ ਖਾਵਾਂਗੇ। ਡੱਬਾ ਲੈ ਕੇ ਜਾ ਕੇ ਪੰਗ ਚ ਬਹਿ ਗਈ, ਕਹਿੰਦੀ ਭਾਈ ਆਇਆ ਮਿੱਠੇ ਪ੍ਰਸ਼ਾਦੇ, ਮਿੱਠੇ ਪ੍ਰਸ਼ਾਦੇ। ਕਹਿੰਦੀ ਮੈਨੂੰ ਪੰਜ ਸੱਤ ਦੇ ਦੇ ਵੀ ਡੱਬੇ ਚ ਪਾ ਲਾਂਗੇ। ਉਹ ਕਹਿੰਦੇ ਮਾਈ ਤੂੰ ਇੰਨੇ ਕੀ ਕਰਨੇ ਆ। ਕਹਿੰਦੇ ਭਾਈ ਤੇਰੇ ਘਰ ਦੀ ਚੀਜ਼, ਗੁਰੂ ਘਰ ਦੀ, ਤੇਰਾ ਵਰਤਾਉਂਦਿਆਂ ਵੀ ਢਿੱਡ ਦੁਖਦਾ ਹੈ। ਉਹਨੇ ਦੇ ਦੀਆਂ ਰੋਟੀਆਂ ਪਾਈ ਨੇ, ਕਹਿੰਦੀ ਹਾਂ ਇਹ ਤਾਂ ਬਹੀਆਂ ਰੋਟੀਆਂ ਨੇ। ਕਹਿੰਦੇ ਮਾਈ ਇੱਥੇ ਅਸੀਂ ਬੇ ਪ੍ਰਸ਼ਾਦੇ ਨੂੰ ਮਿੱਠੇ ਪ੍ਰਸ਼ਾਦੇ ਕਹਿੰਦੇ ਆ, ਹੁਣ ਬਹੀਆਂ ਸੁੱਕੀਆਂ ਰੋਟੀਆਂ ਪਵਾ ਕੇ ਤੇ ਲੰਗਰ ਮਸਤ ਸੀ। ਮਗਰ ਹੀ ਇੱਕ ਸੇਵਾਦਾਰ ਆ ਗਿਆ ਲੂਣ ਲੈ ਕੇ, ਕਹਿੰਦਾ ਜੀ ਸਰਬ ਰਸ ਲਓ, ਸਰਬ ਰਸ, ਲੂਣ ਦਾ ਨਾਂ ਸਰਬ ਰਸ। ਉਹ ਕਹਿੰਦੀ ਭਾਈ ਮੈਨੂੰ ਤਾਂ ਦੋ ਚਾਰ ਬੁੱਕ ਇਕੱਠੀ ਦੇ ਦੇ ਸਰਬ ਰਸ। ਉਹ ਪਿੱਛੇ ਸਰਬ ਰਸ, ਸਰਬ ਰਸ। ਮਾਈ ਨੇ ਕਿਹਾ ਵੀ ਪਤਾ ਨੀ ਜਿਹਦੇ ਚ ਸਾਰੇ ਹੀ ਰਸ ਹੈਗੇ ਆ, ਇਹ ਪਤਾ ਨੀ ਕੀ ਲੂਣ ਹੈ ਵੀ ਸਰਬ ਰਸ ਹੈ। ਉਹਨਾਂ ਦੇ ਬੋਲੇ ਸਹੀ ਨੇ ਨਿਹੰਗ ਸਿੰਘਾਂ ਦੇ, ਜਿੱਧਰ ਮਰਜ਼ੀ ਪਾ ਲਓ। ਉਹ ਜਦੋਂ ਵੇਖਿਆ ਉਹਨਾਂ ਥੋੜ੍ਹਾ ਜਿਹਾ ਵੱਧ ਦਿੱਤਾ, ਵੇਖਿਆ ਕਹਿੰਦੀ ਭਾਈ ਇਹ ਤਾਂ ਲੂਣ ਹੈ। ਕਹਿੰਦੇ ਮਾਈ ਇੱਥੇ ਲੂਣ ਨੂੰ ਹੀ ਸਰਬ ਰਸ ਕਿਹਾ ਜਾਂਦਾ। ਮਗਰ ਆ ਗਿਆ ਵੀ ਚਲੋ ਦੁੱਧ ਹੈਗਾ ਸੰਗਤ ਚ ਵਰਤਾ ਦਿਓ, ਤੇ ਉਹ ਆ ਗਿਆ ਲਓ ਜੀ ਸਮੁੰਦਰ ਲਓ, ਸਮੁੰਦਰ ਲਓ, ਸਮੁੰਦਰ ਲਓ। ਕਹਿੰਦੀ ਲੈ ਜਾ ਭਾਈ ਅੱਗੇ ਤੇਰੇ ਸਰਬ ਰਸ ਤੇ ਮਿੱਠੀਆਂ ਰੋਟੀਆਂ ਨੇ ਮੈਨੂੰ ਬੰਨ ਕੇ ਰੱਖਤਾ। ਜਦੋਂ ਅੱਗੇ ਬਾਟੀ ਜੀ ਪਾਇਆ ਵੇਖਿਆ ਵੀ ਇਹ ਤਾਂ ਦੁੱਧ, ਫਿਰ ਤਰਸੇ ਕਹਿੰਦੇ ਭਾਈ ਮੈਨੂੰ ਵੀ ਪਾ ਜਾਓ। ਕਹਿੰਦਾ ਮਾਈ ਗੇੜੇ ਨਾਲ ਹੀ ਸਿੰਘ ਮੁੜਦੇ ਹੁੰਦੇ ਆ, ਐਵੇਂ ਨੀ ਪਿੱਛੇ ਪਰਤਦੇ, ਗੇੜੇ ਨਾਲ ਹੀ ਮੁੜਦੇ ਹੁੰਦੇ ਆ। ਸਮਾਂ ਗੁਆ ਬੈਠੀ ਦੁੱਧ ਦਾ, ਤੇ ਲੰਗਰ ਚ ਪ੍ਰਸ਼ਾਦਾ ਬਣਾਉਣਾ ਸੀ। ਇੱਕ ਸੇਵਾਦਾਰ ਆ ਗਿਆ, ਕਹਿੰਦਾ ਭਾਈ ਬੀਬੀ ਉਹ ਉੱਠੋ, ਫਿਰਨੀ ਦੀ ਸਵਾਰੀ ਕਰ ਲਓ। ਜਿਹਨੇ ਫਿਰਨੀ ਦੀ ਸਵਾਰੀ ਕਰਨੀ ਹੈ ਨਾ, ਆ ਜਾਓ ਫਿਰਨੀ ਦੀ ਸਵਾਰੀ ਕਰ ਲਓ। ਮਾਈ ਕਹਿੰਦੀ ਭਾਈ ਮੈਨੂੰ ਤਾਂ ਇੱਕ ਫਿਰਨੀ ਨਾਲ ਵੀ ਦੇ ਦਿਆ ਜੇ, ਮੈਂ ਕੁੜੀਆਂ ਨੂੰ ਵੀ ਸਵਾਰੀ ਕਰਾਵਾਂਗੀ, ਨੋਹਾਂ ਨੂੰ ਵੀ, ਬੱਚਿਆਂ ਨੂੰ ਵੀ। ਕਹਿੰਦੇ ਆ ਮਾਈ ਤੈਨੂੰ ਫਿਰਨੀ ਦੀ ਸਵਾਰੀ ਕਰਾਈਏ। ਚਲੀ ਗਈ ਵੀ ਝੂਠੇ ਲੈਣੇ ਆ, ਉੱਥੇ ਜਾ ਕੇ ਉਹ ਭੁੱਖੀ ਪਾਣੀ ਨੂੰ ਚੱਕੀ ਪੀਣ ਤੇ ਬਿਠਾ,
बड़ी दुखी हुई भी, एक तो खादा कोई नहीं, मिलया कोई नहीं, एक चक्की पीनी पई। चक्की पी पू के घर परत गई, कहती अज तो बाद मुक्तसर के मेले च नहीं बढ़ती, अज तो बाद ये नहीं वेखती मुक्तसर का मेला। ये महापुरुषों के संतां महापुरुषों के नां ने, निहंग सिंह फिरनी की सवारी कह देंगे चक्की नूं, सेवा भागां वाले करते हैं। बहुते लोग गुरु घर च सवाद लेंदे आ, गल्लां दा सवाद आवे, घूमण फिरन दा सवाद आवे, खाण पीण दा प्रसाद वाहवा मिल, पर जेड़े आण के गुरु घर च सेवा कमा जांदे आ ना, वह बनते बाबा वधावा सिंह जी ते धन धन बाबा ईश्वर सिंह जी। प्लीज सबसक्राइब टू आवर यूट्यूब चैनल HHC कुचो साहिब टू गेट मोर अपडेट्स एंड न्यू वीडियोस ऑफ संत बाबा सुखदेव सिंह जी डेरा रूमी कुचो कला।